ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆ ਸਾਡੀਆਂ ਗੱਲਾਂ ਜ਼ਰੂਰ ਸੁਣੋ। ਅਸੀਂ ਤੁਹਾਡੇ ਕੋਲੋਂ ਕੋਈ ਵੋਟ ਮੰਗਣ ਨਹੀਂ ਆਏ, ਅਸੀਂ ਸਿਰਫ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਆਏ ਹਾਂ। ਔਰ ਇਹ ਜਿਹੜੀਆਂ ਗੱਲਾਂ ਨਾ ਤੁਹਾਨੂੰ ਅਕਾਲੀਆਂ ਨੇ ਦੱਸਣੀਆਂ, ਨਾ ਤੁਹਾਨੂੰ ਬੀਜੇਪੀ ਵਾਲਿਆਂ ਨੇ ਦੱਸਣੀਆਂ, ਔਰ ਨਾ ਹੀ ਤੁਹਾਨੂੰ ਝਾੜੂ ਵਾਲਿਆਂ ਨੇ ਦੱਸਣੀਆਂ। ਝਾੜੂ ਵਾਲੇ ਤਾਂ ਦੱਸਣਗੇ ਕੀ, ਉਹ ਤਾਂ ਵਿਚਾਰੇ ਖੁਦ ਡਰਾਮੇਬਾਜ਼ ਆ, ਤੇ ਸਭ ਤੋਂ ਵੱਡਾ ਡਰਾਮੇਬਾਜ਼ ਆਪਣਾ ਮੁੱਖ ਮੰਤਰੀ ਆ, ਉਹਨੂੰ ਤੁਸੀਂ ਵੇਹਦੇ ਰਹਿੰਦੇ ਆ। ਵਿਧਾਨ ਸਭਾ 'ਚ ਮੁੱਦੇ ਚੱਕਣੇ ਹੁੰਦੇ ਆ ਤੇ ਉਹ ਬਾਜਵੇ ਨੂੰ ਕਹਿੰਦਾ ਰਹਿੰਦਾ ਅੱਖਾਂ 'ਚ ਅੱਖਾਂ ਪਾ, ਵੀ ਉੱਥੇ ਗਾਣੇ ਗਾਉਣੇ ਆ। ਹੁਣ ਮੇਰੀ ਬੇਨਤੀ ਆ ਜਿੰਨੇ ਵੀ ਭੈਣ ਭਾਈ ਘਰਾਂ ਦੇ ਵਿੱਚ ਬੈਠੇ ਆ, ਕੰਮ ਆਪਾਂ ਸਾਰੀ ਉਮਰਾਂ ਹੀ ਕਰੀ ਜਾਣਾ ਤੇ ਕਰਦੇ ਰਹਿਣਾ ਤੇ ਕਰੀ ਜਾਂਦੇ ਆ, ਪਰ ਆਪਣੀ ਕਦੇ ਵੀ ਕੋਈ ਸੁਣਵਾਈ ਨਹੀਂ ਹੋਈ। ਇਸ ਕਰਕੇ ਮੇਰੀ ਬੇਨਤੀ ਆ ਸਾਡੇ 10-15 ਮਿੰਟ ਆ ਕੇ ਵਿਚਾਰ ਜ਼ਰੂਰ ਸੁਣੋ। ਹੁਣ ਜਿੰਨੇ ਵੀ ਇੱਥੇ ਸੱਜਣ ਖੜੇ ਉਹਨਾਂ ਨੂੰ ਗੁਰੂ ਫਤਿਹ ਦੀ ਸਾਂਝ ਪਾਵਾਂਗੇ ਜੀ। ਗੱਜ ਕੇ ਬੋਲਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਇਸ ਤਰ੍ਹਾਂ ਦੀ ਹੈ ਜੀ, ਜਦੋਂ ਵੀ ਕੋਈ ਸਰਕਾਰ ਆਉਂਦੀ ਆ ਉਹ ਆਪਾਂ ਨੂੰ 70-75 ਸਾਲ ਹੋ ਗਏ ਆ, ਸਿਰਫ ਇੱਕੋ ਚੀਜ਼ 'ਤੇ ਅੜਾਈ ਖੜੀ ਆ ਕਿ ਅਸੀਂ ਤੁਹਾਨੂੰ ਆਹ ਫ੍ਰੀ ਕਰ ਦੇਣਾ, ਅਸੀਂ ਤੁਹਾਨੂੰ ਉਹ ਫ੍ਰੀ ਕਰ ਦੇਣਾ, ਪਰ ਆਪਣੇ ਬੱਚਿਆਂ ਦੇ ਪੱਲੇ ਪਿਆ ਕੱਖ ਨਹੀਂ ਗਾ। ਜਿਹੜੇ ਸਾਡੇ ਦਾਦੇ ਪੜਦਾਦੇ ਸੀ ਆਜ਼ਾਦ ਤਾਂ ਹੋ ਗਏ, ਆਪਾਂ ਵੀ ਆਜ਼ਾਦ ਹੋ ਗਏ, ਕਹਿੰਦੇ ਦੇਸ਼ ਆਜ਼ਾਦ ਹੋਏ ਨੂੰ 70-75 ਸਾਲ ਹੋ ਗਏ ਆ, ਪਰ ਆਪਣੇ ਕੋਲ ਸਿਹਤ ਸਿੱਖਿਆ ਤੇ ਰੁਜ਼ਗਾਰ ਹਲੇ ਤੱਕ ਵੀ ਨਹੀਂ ਮਿਲਿਆ ਆਪਾਂ ਨੂੰ। ਇਹ 3 ਚੀਜ਼ਾਂ ਜੀ ਇੰਨੀ ਕੁ ਜ਼ਰੂਰਤ ਆ, ਜਿਹੜਾ ਗਰੀਬ ਵਰਗ ਆ, ਚਾਹੇ ਉਹ SC ਆ, ਚਾਹੇ ਉਹ BC ਆ, ਚਾਹੇ ਉਹ ਜਰਨਲ ਆ, ਉਹ ਇਹਨਾਂ ਚੀਜ਼ਾਂ ਨੂੰ ਤਰਸਦਾ ਫਿਰਦਾ। ਕਈ ਘਰਾਂ ਦੇ ਵਿੱਚ ਬਿਮਾਰ ਲੋਕ ਪਏ ਆ ਤੇ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਗਏ, ਤੇ ਜਿਹੜੀ ਸਾਡੀ ਸਰਕਾਰ ਆ ਉਹ ਕਹਿੰਦੀ ਜੀ ਅਸੀਂ ਮਹੱਲਾ ਕਲੀਨਿਕ ਬਣਾਤੇ ਆ। ਜਦੋਂ ਇਹ ਕਹਿੰਦੇ ਆ ਕਿ ਅਸੀਂ ਮਹੱਲਾ ਕਲੀਨਿਕ ਬਣਾਤੇ ਆ, ਉਦੋਂ ਆਪਾਂ ਮਹੱਲਾ ਕਲੀਨਿਕਾਂ ਦੇ ਨਾਂ ਤੇ ਖੁਸ਼ ਹੋ ਜਾਂਦੇ ਆ। ਹੋ ਜਾਂਦੇ ਕਿ ਨਹੀਂ ਹੋ ਜਾਂਦੇ ਵੀਰੇ, ਤੁਸੀਂ ਦੱਸੋ ਜੀ। ਆ ਜਿਹੜਾ ਮਹੱਲਾ ਕਲੀਨਿਕਾਂ ਤੇ, ਬਾਈ ਜੀ ਵੇਖੋ ਗੱਲ ਇਸ ਤਰ੍ਹਾਂ ਦੀ ਆ, ਮੇਰੇ ਵੀਰ ਕਹੀ ਜਾਂਦੇ ਬਹੁਤ ਬੋਲਦਾ, ਬੋਲੇ ਦਾ ਤਾਂ ਮੁੱਲ ਪੈਂਦਾ ਜੇਕਰ ਤੁਸੀਂ ਕਿਤੇ ਸਮਝੋ ਤਾਂ। ਬਹੁਤ ਧੰਨਵਾਦ ਆ ਤੁਹਾਡਾ। ਅਕਸਰ ਆਮ ਆਦਮੀ ਪਾਰਟੀ ਇਹ ਕਹਿੰਦੀ ਆ ਕਿ ਅਸੀਂ ਮਹੱਲਾ ਕਲੀਨਿਕ ਬਣਾਤੇ ਆ, ਸੁਣਿਆ ਹੋਣਾ ਕਦੇ ਉਹਨਾਂ ਨੂੰ ਕਹਿੰਦੇ ਨਾ ਉਹ ਵੀ ਅਸੀਂ ਮਹੱਲਾ ਕਲੀਨਿਕ ਬਣਾਤੇ ਆ। ਇੱਕ ਮਹੱਲਾ ਕਲੀਨਿਕ ਤੇ 18,37,467 ਰੁਪਈਏ ਖਰਚਾ ਆਇਆ। ਆਹ ਬਾਈ ਬੜੀ ਗੌਰ ਨਾਲ ਬਿਰਤੀ ਲਾਈ ਖੜਾ ਭਗਵੰਤ ਮਾਨ ਤਰ੍ਹਾਂ, ਤੈਨੂੰ ਵੀ ਦੂਹਰੀ ਵਾਰੀ ਕਹਿੰਦਾ ਕਿ ਉਹਨਾਂ ਨੇ ਇੱਕ ਮਹੱਲਾ ਕਲੀਨਿਕ ਤੇ 18,37,467 ਰੁਪਈਏ ਖਰਚਾ ਕਰਤਾ, ਔਰ ਉਹਨਾਂ ਨੇ ਪਹਿਲਾਂ ਬਣਾਏ 117 ਮਹੱਲਾ ਕਲੀਨਿਕ। ਜੇ ਤਾਂ ਗੱਲ ਨੂੰ ਕੰਨ 'ਚ ਪਾ ਲਓ ਤਾਂ ਗੱਲ ਬੜੀ ਕੰਮ ਦੀ ਆ, ਨਹੀਂ ਤਾਂ ਬਈ ਆਹ ਕਮੇਟੀਆਂ ਤਾਂ ਸਾਡਾ ਮੁੱਖ ਮੰਤਰੀ ਬਹੁਤ ਕਰ ਲੈਂਦਾ, ਘਰੇ ਜਾ ਕੇ ਉਹਨੂੰ ਸੁਣ ਲਓ ਜੀ। ਇਹ 18,37,467 ਰੁਪਈਆਂ ਦਾ ਇੱਕ ਮਹੱਲਾ ਕਲੀਨਿਕ ਬਣਾ ਕੇ, 117 ਮਹੱਲਾ ਕਲੀਨਿਕ ਬਣਾਏ, ਫਿਰ ਕੋਈ ਥਾਂ ਨਹੀਂ ਛੱਡਿਆ, ਉਹਦੇ ਬੈਨਰ ਲਾਏ। ਉਸ ਤੋਂ ਬਾਅਦ ਫਿਰ ਕੇਜਰੀਵਾਲ ਆਇਆ,
ਫਿਰ ਇਹਨਾਂ ਨੇ ਕਹਿਤਾ ਜੀ 500 ਮਹੱਲਾ ਕਲੀਨਿਕ ਬਣਾ ਤੇ। ਫਿਰ 500 ਮਹੱਲਾ ਕਲੀਨਿਕ ਦੇ ਇਹਨਾਂ ਨੇ ਬੈਨਰ ਬੋਰਡ ਆਹ ਦਰਖਤਾਂ ਤੇ ਲਾ ਤੇ। ਦਰਖਤ ਵੀ ਅੱਜ ਕੱਲ੍ਹ ਸੁੱਕਣ ਲੱਗ ਗਏ। ਕਿਸੇ ਦਰਖਤ ਨੇ ਦਰਖਤ ਨੂੰ ਪੁੱਛਿਆ, ਕਹਿੰਦਾ ਸੁੱਕਦਾ ਕਿਉਂ ਜਾਂਦਾ? ਕਹਿੰਦਾ 2022 ਦਾ ਸੁੱਕਣ ਲੱਗਿਆ। ਉਹ ਆਂਦਾ ਚੱਕਰ ਕੀ ਆ? ਉਹ ਆਂਦਾ ਵੀ ਜਦੋਂ ਦੀ ਆ ਝਾੜੂਆਂ ਵਾਲਿਆਂ ਦੀ ਸਰਕਾਰ ਆਈ ਆ, ਮਾਰ ਮਾਰ ਕੇ ਮੇਖਾਂ ਕੰਜਰਦਿਆਂ ਨੇ ਸਾਡੇ ਜਵਾੜੇ ਸਜਾ ਤੇ ਆ। ਜੇ ਸੱਚੀ ਗੱਲ ਤੁਸੀਂ ਫਿਰ ਹੱਸ ਕੇ, ਫਿਰ ਜਦੋਂ ਇੰਨੀ ਗੱਲ ਹੋਈ ਤਾਂ ਦਰਖਤ ਮੱਖੀਆਂ ਨੂੰ ਪੁੱਛਣ ਲੱਗ ਗਏ, ਕਹਿੰਦਾ ਵੀ ਤੁਸੀਂ ਕਿਉਂ ਨਹੀਂ ਲੱਗਦੀਆਂ? ਨੋਟ ਕਰਿਆ ਜੇ ਗੱਲ, 2022 ਦੇ ਵਿੱਚ ਛੋਟੀਆਂ ਮੱਖੀਆਂ ਮਿਲਦੀਆਂ ਨਹੀਂ ਗੀਆਂ। ਤੁਸੀਂ ਗੱਲ ਮਜ਼ਾਕ 'ਚ ਲੈ ਲੈਣੀ ਆ, ਪਰ ਗੱਲ ਸੱਚੀ ਆ। ਉਹ ਦਰਖਤਾਂ ਦਾ ਵੀ ਕੀ ਗੱਲ ਆ, ਮੱਖੀਆਂ ਤੁਸੀਂ ਕਿਉਂ ਨਹੀਂ ਲੱਗਦੀਆਂ? ਛੋਟੀ ਮੱਖੀਆਂ ਦੀ ਕਹਿੰਦੀ ਕੋਈ ਥਾਂ ਹੀ ਨਹੀਂ ਬਚਿਆ। ਜਿੱਥੇ ਵੇਖੀਏ ਆ ਕੇਜਰੀਵਾਲ ਦੀ ਐਨ ਕਾਲੀ ਫੋਟੋ, ਜਿੱਥੇ ਵੇਖੀਏ ਭਗਵੰਤ ਮਾਨ ਦੀ ਫੋਟੋ, ਕਹਿੰਦੀ ਹੁਣ ਤਾਂ ਸਾਡੇ ਵਾਸਤੇ ਥਾਂ ਨਹੀਂ ਬਣਿਆ। ਹੁਣ ਤਾਂ ਕੋਈ ਜਦੋਂ ਬੱਦਲਵਾਈ ਹੋਈ ਉੱਥੇ ਡੇਰਾ ਲਾਵਾਂਗੇ, ਅਤੇ ਬੱਦਲ ਵੀ 2 ਦਿਨ ਰਹਿੰਦੇ, ਕਹਿਣ ਤੋਂ ਭਾਵ ਮੱਖੀਆਂ ਦੀ ਪ੍ਰਜਾਤੀ ਖਤਮ। ਹੁਣ ਜਿਹੜੀ ਗੱਲ ਮੈਂ ਕਰ ਰਿਹਾ ਸੀ ਮਹੱਲਾ ਕਲੀਨਿਕਾਂ ਦੀ, ਇਹ ਬੜੀ ਗੌਰ ਨਾਲ ਗੱਲ ਸੁਣਿਆ ਜੇ। 18,37,467 ਰੁਪਈਆਂ ਨੂੰ ਬਾਈ ਜੀ 500 ਤੇ ਗੁਣਾ ਕਰ ਲਓ, ਲਗਭਗ 92 ਕਰੋੜ ਰੁਪਈਆ ਬਣਦਾ। ਤੇ 92 ਕਰੋੜ ਰੁਪਈਆ ਤੇ ਇਹਨਾਂ ਦੇ ਬੈਨਰ ਮਹੱਲਾ ਕਲੀਨਿਕਾਂ ਦੇ ਟੋਟਲ ਬਣਿਆ 100 ਕਰੋੜ ਰੁਪਈਆ। ਹੁਣ ਜਿੰਨੇ ਇੱਥੇ ਖੜੇ ਆ 50-60 ਜਣੇ, ਛਿੱਤਰ ਲਾ ਲਓ, ਤੇ ਜੇਕਰ ਮੈਂ ਝੂਠ ਹੋਇਆ ਤੇ ਮੇਰੇ ਬੇਸ਼ੱਕ ਦੀ ਇੱਕ ਇੱਕ ਮਾਰ ਦਿਓ ਜੇ। ਪਰ ਅੱਜ ਵੀ ਲੋਕ ਬਿਨਾਂ ਇਲਾਜ ਤੋਂ ਮਰ ਰਹੇ ਆ, ਮਰ ਰਹੇ ਕਿ ਨਹੀਂ ਮਰ ਰਹੇ ਤੁਸੀਂ ਦੱਸੋ। ਹਾਂ ਤਾਂ ਨਾ ਰੁੱਚੀ ਮਾਰੋ ਆ ਸਿਰ ਲੈ ਦੱਸੋ ਬਜ਼ੁਰਗੋ। ਅੱਜ ਵੀ ਸਾਰਿਆਂ ਕੋਲ ਫੋਨ ਆ, ਵੱਡੇ ਆ ਵੀ ਬਾਈ ਵੱਡਾ ਫੋਨ ਚਲਾਈ ਖੜਾ, ਉਹ ਅੰਕਲ ਕੋਲੇ ਵੀ ਵੱਡਾ ਫੋਨ ਆ, ਬਾਈ ਵੇਖ ਹੱਸੀ ਜਾਂਦਾ ਉਹਦੇ ਕੋਲੇ ਵੀ ਵੱਡਾ ਫੋਨ ਆ, ਤੇ ਆ ਬਾਈ ਜਿਹੜੇ ਖੜੇ ਇਹਨਾਂ ਕਿਤੀਆਂ ਜੇਬਾਂ 'ਚ ਹੀ ਹੋਣੇ ਆ। ਤੇ ਅੱਜ ਸਾਡੇ ਕੋਲ ਵੀਡੀਓ ਕੀ ਆਉਂਦੀਆਂ ਕਿ ਸਾਡੇ ਬੱਚੇ ਦਾ ਇਲਾਜ ਕਰਾਉਣ ਨੂੰ ਪੈਸੇ ਹੈਣੀਗੇ। ਸਾਡੇ ਬੱਚੇ ਦਾ ਇਲਾਜ ਕਰਾਉਣ ਵਾਸਤੇ ਪੰਜਾਬ ਦੇ ਲੋਕ ਦਾਨੀ ਸੱਜਣ 5-5 ਰੁਪਈਏ ਦਿਓ ਔਰ ਸਾਨੂੰ 10-10 ਰੁਪਈਏ ਦਿਓ, NRI ਸਾਡੀ ਬਾਂਹ ਫੜ ਲੈਣ। ਬਾਈ ਜੀ ਆਹ ਵੀਡੀਓ ਆਉਂਦੀਆਂ ਕਿ ਨਹੀਂ ਆਉਂਦੀਆਂ? ਇਹ ਵੀਡੀਓ ਆਉਂਦੀਆਂ ਜਾਂ ਤਾਂ ਹਾਂ ਕਰੋ ਫਿਰ ਹਾਂ ਕਰਨ 'ਚ ਸਵਾਦ ਆ, ਆਉਂਦੀਆਂ ਨਾ? ਫਿਰ ਕੇਜਰੀਵਾਲ ਦੇ ਮਹੱਲਾ ਕਲੀਨਿਕ ਅਤੇ ਜਿਹੜੇ ਆਪਣੇ ਦੇ ਭਗਵੰਤ ਮਾਨ ਦੇ ਮਹੱਲਾ ਕਲੀਨਿਕ, ਇਹਨਾਂ ਦਾ ਲੋਕਾਂ ਨੇ ਚਾਰ ਪਾਉਣਾ ਸੀ। ਜੇਕਰ ਇਹੀ ਮਹੱਲਾ ਕਲੀਨਿਕਾਂ ਦਾ 100 ਕਰੋੜ ਰੁਪਈਆ 23 ਜ਼ਿਲ੍ਹਿਆਂ ਦੇ ਹੋਸਪਿਟਲਾਂ ਦੇ ਵਿੱਚ ਮਸ਼ੀਨਾਂ ਪਾ ਦਿੰਦਾ, ਤੇ ਯਾਦ ਰੱਖ ਲਓ ਕਿਸੇ ਦੀ ਵੀਡੀਓ ਨਹੀਂ ਆਉਣੀ ਸੀ ਕਿ ਸਾਡਾ ਬੱਚਾ ਅੱਜ ਬਿਮਾਰ ਪਿਆ, ਇਹਨੂੰ ਪੈਸੇ ਦੇ ਦਿਓ। ਬਾਈ ਜੀ ਬੰਦਾ ਬਿਮਾਰ ਪਿਆ ਹੁੰਦਾ ਤੇ ਡਾਕਟਰ ਕੋਲ ਜਾਂਦਾ, ਚਾਹੇ ਕੋਈ SC BC ਜਰਨਲ, ਹਿੰਦੂ ਮੁਸਲਿਮ ਸਿੱਖ ਈਸਾਈ, ਮੇਰਾ ਇਹ ਕੋਈ ਮੁੱਦਾ ਨਹੀਂ ਗਾ। ਮੈਂ ਕਹਿੰਦਾ ਜਿਹੜਾ ਗਰੀਬ ਬੰਦਾ ਉਹਦੀ ਕੋਈ ਬਾਤ ਨਹੀਂ ਪੁੱਛਦਾ, ਤੇ ਉਹ ਜਿਹੜਾ ਗਰੀਬ ਬੰਦਾ ਡਾਕਟਰ ਕੋਲ ਜਾਂਦਾ, ਡਾਕਟਰ ਉਹਨੂੰ ਕਹਿੰਦਾ ਭਾਈ ਤੈਨੂੰ ਟਾਈਫਾਇਡ ਆ, ਉਹ ਕਹਿੰਦਾ ਹੈਗਾ ਜੀ। ਉਹ ਆਂਦਾ ਤੈਨੂੰ 4 ਦਿਨ ਆਰਾਮ ਕਰਨਾ ਪੈਣਾ, ਦਵਾਈ 'ਤੇ 1000 ਰੁਪਈਆ ਲੱਗਣਾ। ਉਹ ਕਹਿੰਦਾ ਚੱਲ ਇੱਕ ਵਾਰੀ ਆ ਕਰੋਸਨ ਦੀ ਗੋਲੀ ਦੇ ਦਿਓ। ਮੈਂ ਅਕਸਰ ਸਰਚ ਕਰਦਾ ਰਹਿੰਦਾ ਵੀ ਜਿਹੜਾ ਗਰੀਬ ਤਬਕਾ, ਇੱਕ ਮੈਂ ਕਿਸੇ ਦੇ ਘਰੇ ਗਿਆ ਅਤੇ ਉਹ ਨਾ ਲੇਡੀ ਮਤਲਬ ਔਰਤ ਸੀ, ਉਹਨੇ 2-3 ਗੋਲੀਆਂ ਪੀ ਲਏ ਜੇ ਪੰਨੇ ਵਾਲੀਆਂ ਸਿੱਟ ਲਈਆਂ। ਮੈਂ ਕਿਹਾ ਆਪਦੇ ਬੱਚਿਆਂ ਨੂੰ ਕੀ ਰੋਕੂਗੀ, ਇਹ ਤਾਂ ਖੁਦ ਗੋਲੀਆਂ ਖਾਂਦੀ ਆ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਭਾਈ ਸਾਹਿਬ
ਲੋਕਾਂ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ, ਉਹ ਗੋਲੀਆਂ 'ਤੇ ਤਾਂ ਚੱਲ ਪੈਂਦੇ ਆ। ਕਿਉਂਕਿ ਇਹ ਯਾਦ ਰੱਖੋ ਗੱਲ, ਘਰ ਘਰ ਦੀ ਕਹਾਣੀ ਆ। ਹੁਣ ਤਾਂ ਤੁਹਾਨੂੰ ਇਹ ਲੱਗਣਾ ਮੁੰਡਾ 'ਚ ਆਇਆ ਸੀ, ਗੱਲਾਂ ਸੁਣਾਈ ਗਿਆ, ਗੱਲ ਇਹ ਆ। ਫਿਰ ਜਿਹੜੀ ਮੈਂ ਗੱਲ ਇਹ ਕਰਨ ਲੱਗਿਆ, ਇਹ ਆ ਗਈ ਆ ਸਿਹਤ ਡਿਪਾਰਟਮੈਂਟ ਦੀ। ਹੁਣ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਿਆ ਸਿੱਖਿਆ ਦੀ, ਤੁਹਾਡੇ ਬੱਚਿਆਂ ਦਾ ਕਹਾਣ ਹੋ ਰਿਹਾ, ਕਿੱਥੇ ਹੋ ਰਿਹਾ ਤੇ ਕਾਹਤੋਂ ਹੋ ਰਿਹਾ। ਆਪਣੇ ਜਦੋਂ ਬੱਚੇ ਇਸ ਦੁਨੀਆਂ 'ਤੇ ਆਉਂਦੇ ਆ, ਪਿਓ ਅਤੇ ਮਾਂ ਨੂੰ ਉਮੀਦ ਬਹੁਤ ਹੁੰਦੀ ਆ ਕਿ ਜਿਹੜਾ ਸਾਡਾ ਬੱਚਾ ਉਹ ਕੁਛ ਨਾ ਕੁਛ ਕਰੂਗਾ, ਕੋਈ ਤਗੜਾ ਅਫਸਰ ਬਣੂਗਾ। ਪਰ ਅਫਸੋਸ ਦੀ ਗੱਲ ਇਹ ਹੁੰਦੀ ਆ, ਜਿਹੜਾ ਕੰਮ ਮਾਂ ਪਿਓ ਕਰਦਾ ਉਹੀ ਬੱਚਾ ਪੜ੍ਹ ਲਿਖ ਕੇ ਕਰਦਾ, ਉਹ ਕਿਉਂ ਕਰਦਾ? ਹੁਣ ਇਹ ਸੁਣ ਲਿਆ ਜੇ ਕਿ ਸਾਡੇ ਬੱਚੇ ਜਦੋਂ ਪੜ੍ਹਨ ਜਾਂਦੇ ਆ ਅਤੇ ਸਰਕਾਰੀ ਸਕੂਲਾਂ 'ਚ ਜਾਂਦੇ ਆ, ਬਾਈ ਜੀ ਗੱਲ ਧਿਆਨ ਮਾਰ ਲਿਆ ਜੇ, ਤੁਸੀਂ ਆਪੇ ਕਹੋਗੇ ਵੀ ਇਹ ਗੱਲ ਕਦੇ ਅਸੀਂ ਸੋਚੀ ਨਹੀਂ ਗੀ। ਜਦੋਂ ਅਪ੍ਰੈਲ ਦਾ ਮਹੀਨਾ ਹੁੰਦਾ, ਮਾਰਚ ਦਾ ਮਹੀਨਾ ਹੁੰਦਾ, ਉਦੋਂ ਕੀ ਹੁੰਦਾ ਕਿ ਸਰਕਾਰੀ ਸਕੂਲਾਂ 'ਚੋਂ ਕਈ ਥਾਵਾਂ 'ਤੇ ਰੈਲੀਆਂ ਨਿਕਲਦੀਆਂ ਕਿ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਓ, ਸਰਕਾਰੀ ਸਕੂਲ ਤਾਂ ਬਹੁਤ ਵਧੀਆ ਹੋ ਗਏ ਆ। ਕਹਿੰਦੇ ਕਿ ਨਹੀਂ ਕਹਿੰਦੇ? ਹਾਮੀ ਤਾਂ ਪਾਓ, ਕਹੋ ਹਾਂ, ਕਹਿੰਦੇ ਆ ਨਾ ਉਹ। ਫਿਰ ਮੈਂ ਉਹਨਾਂ ਨੂੰ ਸਵਾਲ ਕਈ ਵਾਰ ਕੀਤਾ ਵੀ ਜੇਕਰ ਸਾਡੇ ਬੱਚਿਆਂ ਨੂੰ ਕਹਿੰਦੇ ਆ ਕਿ ਸਕੂਲ ਬਹੁਤ ਚੰਗੇ ਆ, ਜਿਵੇਂ ਅੱਜ ਕੱਲ੍ਹ ਭਗਵੰਤ ਮਾਨ ਕਰਦਾ ਸਕੂਲ ਇੱਕ ਨੰਬਰ 'ਤੇ ਲੈ ਆਉਂਦੇ ਆ ਕੇਜਰੀਵਾਲ ਸਾਹਿਬ ਨੇ, ਇੱਕ ਨੰਬਰ 'ਤੇ। ਹੁਣ ਵੇਖੋ ਇਹ ਮੱਚਦੇ ਆ ਸਾਡੇ 'ਤੇ, ਸਕੂਲ ਇੱਕ ਨੰਬਰ 'ਤੇ ਆਏ ਪਏ ਆ। ਮੈਂ ਕਿਹਾ ਭਗਵੰਤ ਸਿਆਂ, ਜੇਕਰ ਸਕੂਲ ਇੱਕ ਨੰਬਰ 'ਤੇ ਆ ਗਏ ਆ, ਫਿਰ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਦੇ? ਸੋਚਣ ਵਾਲੀ ਗੱਲ ਆ, ਸੋਚ ਲਓ। ਔਰ ਮੈਂ ਕਿਹਾ ਜੇਕਰ ਸਕੂਲ ਚੰਗੇ ਹੋ ਗਏ ਆ, ਫਿਰ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਦੇ? ਆਖੋਗੇ ਤਾਂ ਸਹੀ ਵੀ ਐਵੇਂ ਬੋਲੀ ਜਾਂਦਾ, ਪਰ ਗੱਲ ਸੋਚ ਲੈ ਜੇ, ਤੁਹਾਡਾ ਲੱਖਾਂ ਕਰੋੜਾਂ ਰੁਪਈਆ ਪੜ੍ਹਾਈ 'ਤੇ ਤੁਹਾਡੇ ਬੱਚਿਆਂ 'ਤੇ ਖਰਚਾ ਹੁੰਦਾ। ਜੇਕਰ ਸਰਕਾਰੀ ਸਕੂਲ ਚੰਗੇ ਆ ਤੇ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਪੜ੍ਹਦੇ? ਕਦੇ ਆਪਾਂ ਸਵਾਲ ਨਹੀਂ ਕੀਤਾ। ਹੁਣ ਕਈਆਂ ਨੇ ਪਤਾ ਕੀ ਕਹਿਣਾ, ਯਾਰ ਉਹਨਾਂ ਕੋਲ ਪੈਸਾ, ਸਾਡੇ ਕੋਲ ਪੈਸਾ ਨਹੀਂ। ਮੈਂ ਕਿਹਾ ਉਹ ਬਾਬਾ, ਉਹ ਮੇਰੇ ਭਰਿਆ ਮਾਨਸਾ, ਮੰਨ ਲਓ ਮੇਰਾ ਬੱਚਾ ਬਿਮਾਰ ਹੁੰਦਾ, ਮੈਂ ਉਹਨੂੰ ਆ ਧਰਮਵੀਰ ਆ ਧਰਮਵੀਰ ਕੋਲ ਡਾਕਟਰ ਕੋਲ ਲੈ ਗਿਆ, ਹੈ ਤਾਂ ਚੱਲ ਕਰਿਆਣੇ ਵਾਲਾ, ਹੁਣ ਮਾੜਾ ਜਿਹਾ ਤੁਸੀਂ ਮਾੜਾ ਜਿਹਾ ਸੋਚ ਲਓ ਜੇ ਡਾਕਟਰ ਆ, ਹੁਣ ਇਹ ਚੱਲ ਆ ਚੀਜ਼ ਲਈ ਜਾਂਦਾ, ਚੀਜ਼ ਵਾਲੇ ਤੁਸੀਂ ਆ ਜਾਗੇ, ਹੁਣ ਸਾਡੇ ਬੱਚੇ ਦਾ ਚੀਜ਼ ਇਹਦੇ ਕੋਲੋਂ ਲੈਣ, ਕਹਿਣਾ ਲੋਲੀਪੋਪ ਖਾ ਲਓ, ਕਹਿਣਾ ਕੁਰਕਰੇ ਖਾ ਲਓ, ਅਤੇ ਸਾਡੇ ਆਪਦੇ ਬੱਚੇ ਨੂੰ ਕੁਰਕਰੇ ਦਵਾਉਣ ਜਾਵੇ ਕਿਸੇ ਹੋਰ ਦੁਕਾਨ ਤੋਂ, ਇਹਦਾ ਮਤਲਬ ਇਹ ਨਹੀਂ ਵੀ ਇਹਦੇ ਕੋਲ ਪੈਸਾ, ਇਹਦੇ ਕਾਰਨ ਦੋ ਆ। ਪੁੱਛੋ ਕੀ, ਜਾਂ ਤਾਂ ਇਹਦੇ ਕੋਲ ਸਮਾਨ ਚੱਜਦਾ ਹੈ ਨਹੀਂ, ਅਤੇ ਜਾਂ ਇਹਨੂੰ ਇਹ ਨਹੀਂ ਪਤਾ ਵੀ ਇਹਦੀ ਡੇਟ ਨੰਗੀ ਹੈ ਕਿ ਨਹੀਂ ਨੰਗੀ। ਨਹੀਂ ਫਿਰ ਤੁਸੀਂ ਗੱਲ ਇਹ ਸੋਚਣ ਵਾਲੀਆਂ ਗੱਲਾਂ ਸੋਚ ਲਓ, ਤੁਹਾਨੂੰ ਮਾਰਿਆ ਕਿੱਥੋਂ ਗਿਆ? ਜੇਕਰ ਸਕੂਲ ਚੰਗੇ ਆ ਤਾਂ ਫਿਰ ਡੀਸੀ ਦੇ ਬੱਚੇ, ਐਸਐਸਪੀ ਦੇ ਬੱਚੇ ਭਗਵੰਤ ਮਾਨ ਸਿਆ ਸਰਕਾਰੀ ਸਕੂਲਾਂ 'ਚ ਪਵਾ, ਸਾਨੂੰ ਪਤਾ ਲੱਗੇ ਕਿ ਤੂੰ ਸਰਕਾਰੀ ਸਕੂਲ ਚੰਗੇ ਕਰਤੇ ਆ, ਅਤੇ ਜੇ ਵਿਸ਼ਵ ਦੀ ਫਾਜ਼ਿਲਕਾ ਤੇਰਾ ਪਿੰਡ ਪਿੰਡ ਜਾ ਕੇ ਪ੍ਰਚਾਰ ਨਾ ਕਰੇ ਅਤੇ ਮੈਨੂੰ ਕਹੀਂ ਜਾ ਫਾਜ਼ਿਲਕਾ ਵਾਲਿਆ, ਤੂੰ ਐਵੇਂ ਫਿਰਦਾ ਸੀ। ਇਹ ਗੱਲ ਸੱਚੀ ਆ, ਸਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਅਤੇ ਟੀਚਰ ਉੱਥੇ ਪੂਰੇ ਨਹੀਂ ਹੁੰਦੇ, ਚਾਰ ਪਾ ਕੇ ਕਮਰੇ ਕਰਕੇ ਉਹਨਾਂ ਨੂੰ ਰੰਗ, ਕਹਿਣਗੇ ਸਕੂਲ ਬਹੁਤ ਵਧੀਆ, ਅਤੇ ਫਿਰ ਲਾਓ ਤੁਹਾਡੇ ਬੱਚੇ ਕਿਉਂ ਨਹੀਂ ਪੜ੍ਹਦੇ? ਮੈਨੂੰ ਲੱਗਦਾ ਮੇਰੀਆਂ ਗੱਲਾਂ ਦਾ ਤੁਹਾਡੇ 'ਤੇ ਜਾਂ ਤੁਸੀਂ
ਸਮਝ ਨਹੀਂ ਰਹੇ ਗੱਲਾਂ। ਜੇ ਤਾਂ ਭਗਵੰਤ ਮਾਨ ਤੇਰਾ ਕਹਿੰਦਾ ਵੀ ਕਮੇਡੀ ਕਰਦੇ ਤੇ ਫਿਰ ਮੈਂ ਵੀ ਕਹਿਣਾ ਅੱਖਾਂ 'ਚ ਅੱਖਾਂ ਪਾ, ਅੱਖਾਂ 'ਚ ਅੱਖਾਂ ਪਾ। ਕਮੇਡੀ ਨਹੀਂ, ਮੈਂ ਤਾਂ ਕਹਿੰਦਾ ਵੀ ਆਪਣਾ ਭਲਾ ਹੋ ਜੇ ਕਿ ਨਹੀਂ ਸਮਝੇ ਗੱਲ। ਹੁਣ ਮੇਰੀ ਬੇਨਤੀ ਇਹ ਆ ਗਈ, ਤੁਹਾਨੂੰ ਇਹ ਵੀ ਗੱਲ ਦੱਸਤੀ ਆ, ਤੀਜੀ ਆ ਗਈ ਆ ਰੁਜ਼ਗਾਰ ਦੀ ਗੱਲ। ਰੁਜ਼ਗਾਰ ਕੀ ਚੀਜ਼ ਆ ਹੁਣ ਸਹੀ ਦੱਸੋ। ਜੇ ਇੱਥੇ ਕਹਿੰਦੇ ਆ ਨਾ ਵੀ ਪੜ੍ਹਿਆ ਲਿਖਿਆ ਦੇ ਡਾਂਗਾ ਪੈਂਦੀਆਂ ਫਿਰਦੀਆਂ, ਵੇਖੀਆਂ ਵੀਡੀਓ, ਸਾਡੀਆਂ ਧੀਆਂ ਭੈਣਾਂ ਖੇਤਾਂ 'ਚ ਮਧੋਲੀਆਂ ਜਾਂਦੀਆਂ। ਮੇਰੇ ਭਰਾਵੋ ਗੱਲ ਦੋ ਮਿੰਟ ਸੁਣ ਲਓ ਜੇ, ਬੜੇ ਕੰਮ ਦੀ ਆ। ਆ ਤੁਹਾਨੂੰ ਖੁੱਡੀਆਂ ਹੀ ਪੈਂਦਾ ਇੱਥੋਂ, ਖੁੱਡੀਆਂ ਕਿ ਝੁੱਗੀਆਂ, ਹੁਣ ਤਾਂ ਖੁੱਡੀਆਂ ਅਤੇ 2027 'ਚ ਝੁੱਗੀਆਂ ਲਵਾ ਦਿਓ ਇਹਦੀਆਂ, ਠੀਕ ਆ। ਹੁਣ ਯਾਦ ਰੱਖੋ ਰੁਜ਼ਗਾਰ ਦੀ ਗੱਲ ਹੋ ਰਹੀ ਆ, ਬਾਈ ਗੌਰ ਕਰ ਲਓ, ਕਿਸੇ ਨੇ ਗੱਲ ਨਹੀਂ ਦੱਸਣੀ ਇਸ ਚੀਜ਼ ਦੀ। ਜਿਹੜਾ ਰੁਜ਼ਗਾਰ ਆ ਇਹ ਪੜ੍ਹਿਆ ਲਿਖਿਆ ਨੂੰ ਨਹੀਂ ਦੇ ਰਹੇ, ਪਰ ਜੇਕਰ ਇਹ ਚਾਹੁਣ ਜਿਹੜਾ ਰੁਜ਼ਗਾਰ ਆ ਉਹ ਅਨਪੜ੍ਹਾਂ ਨੂੰ ਵੀ ਦੇ ਸਕਦੇ ਆ। ਤੁਸੀਂ ਪੁੱਛੋ ਕਿਉਂ ਕਿਵੇਂ, ਪੁੱਛੋ ਪੁੱਛੋ ਪੁੱਛੋ, ਜੇ ਪੁੱਛ ਨਹੀਂ ਨਾ ਸਕਦੇ ਫਿਰ ਤੁਸੀਂ ਉਹਨਾਂ ਨੂੰ ਵੀ ਨਹੀਂ ਪੁੱਛ ਸਕਦੇ। ਮੈਂ ਤੁਹਾਨੂੰ ਕਹੂੰਗਾ ਵੀ ਅਨਪੜ੍ਹਾਂ ਨੂੰ ਰੁਜ਼ਗਾਰ ਕਿਵੇਂ ਮਿਲ ਸਕਦਾ। ਇੱਥੇ ਤੁਹਾਨੂੰ ਸ਼ਾਇਦ ਪਤਾ ਹੋਵੇ ਵੀ ਪਿੰਡ ਪਿੰਡ ਦੇ ਵਿੱਚ ਮੱਛੀ ਪਾਲਣ ਖੋਲਦੇ ਆ, ਇੱਕ ਨਹੀਂ ਦੋ ਨਹੀਂ ਚਾਰ ਨਹੀਂ ਦਸ ਦਸ ਮੱਛੀ ਪਾਲਣ ਖੋਲਦੇ ਆ। ਧਿਆਨ ਮਾਰ ਲਓ ਵੀਰੋ ਗੱਲ ਦਾ, ਉੱਧਰ ਤਾਂ ਉਹਦਾ ਉਹ ਹੈਗੀ ਆ ਬਲੈਰੋ ਹੈਗੀ ਉਹ ਤਾਂ, ਔਰ ਦਸ ਦਸ ਮੱਛੀ ਪਾਲਣ ਖੋਲਦੇ ਆ। ਇੱਕ ਮੱਛੀ ਪਾਲਣ ਵਾਲੇ ਨੂੰ ਲਗਭਗ ਕਹਿੰਦੇ ਉਹ 15 ਲੱਖ ਦਾ ਲੋਨ ਚੱਕਦਾ। ਸੁਣੀਏ ਨੇ ਗੱਲ ਸਮਝ ਆ ਰਹੀ ਹੈ ਜੀ, ਕਹਿੰਦੇ ਇੱਕ ਮੱਛੀ ਪਾਲਣ ਵਾਲਾ 15 ਲੱਖ ਰੁਪਈਆ ਲੋਨ ਚੱਕਦਾ। ਆਪਾਂ ਤਾਂ ਸੁਣਿਆ ਨਹੀਂ, ਮੇਰੀ ਤਾਂ ਮੱਛੀ ਵੀ ਇੰਨੀ ਛੱਡੀ ਨਹੀਂ ਇੱਕ ਕੋਈ ਡਿੱਗੀ 'ਚ ਜਿਹੜੀ ਮੈਂ ਤੁਹਾਨੂੰ ਦੱਸ ਦੇਵਾਂ ਪੂਰੀ। ਹੁਣ ਕਹਿੰਦੇ 15 ਲੱਖ ਚੱਕਦਾ, 10 ਲੱਖ ਰੁਪਈਆ ਉਹਨੂੰ ਮਾਫ਼ ਆ ਅਤੇ 5 ਲੱਖ ਰੁਪਈਆ ਉਹਨੇ ਭਰਨਾ। ਹੁਣ ਮੱਛੀ ਕਿਸੇ ਨੇ ਪਾਲੀ, ਵੇਚੀ ਮੱਛੀ ਕਿਸੇ ਨੇ, ਖਾਧੀ ਕਿਸੇ ਨੇ, ਡਕਾਰ ਇਹਦੇ ਅਰਗੇ ਨੇ ਮਾਰਿਆ ਹੈ, ਅਤੇ ਮੱਛੀ ਜਿਹੜਾ ਕਹਿ ਲਓ 10 ਲੱਖ ਰੁਪਈਆ ਕਿਸੇ ਨੂੰ ਮਾਫ਼ ਹੋਇਆ, ਭਰਨਾ ਸਾਨੂੰ ਪੈਣਾ। ਉਹ ਪੁੱਛੋ ਕਿਵੇਂ ਭਰੋਂਗੇ ਕਿਵੇਂ, ਯਾਦ ਹੋਣਾ ਤੁਹਾਡੀ ਉਮਰ ਲੱਗਦੀ ਆ ਬਾਪੂ, ਕਿਸੇ ਟਾਈਮ 'ਤੇ ਤੁਹਾਨੂੰ ਆਹੀ ਦੁੱਧ 10 ਰੁਪਈਏ ਕਿਲੋ ਮਿਲਦਾ ਹੁੰਦਾ ਸੀ, ਕੋਈ ਸਮਾਂ ਸੀ ਆ ਆਟਾ 7 ਰੁਪਈਏ ਕਿਲੋ ਮਿਲਦਾ ਹੁੰਦਾ ਸੀ ਬਾਪੂ, ਝੂਠ ਤਾਂ ਨਹੀਂ ਕਹੀ ਜਾਂਦਾ। ਕੋਈ ਸਮਾਂ ਹੁੰਦਾ ਸੀ ਖੰਡ 20 ਰੁਪਈਏ ਕਿਲੋ ਹੁੰਦੀ ਸੀ, ਕੋਈ ਸਮਾਂ ਹੁੰਦਾ ਸੀ ਪੱਤੀਆ ਕਹਿੰਦੇ 10-12 ਰੁਪਈਏ ਕਿਲੋ ਹੁੰਦੀ ਸੀ, ਬਾਪੂ ਝੂਠ ਤਾਂ ਨਹੀਂ, ਸੱਚੀ ਗੱਲ ਆ ਨਾ। ਇਹ ਮਹਿੰਗੀ ਕਿਵੇਂ ਹੋਈ ਆ, ਇਹ MLA MP ਦੀਆਂ ਤਨਖਾਹਾਂ ਨੇ ਮਹਿੰਗੀਆਂ ਕਰਾਈਆਂ, ਉਹ ਮੈਂ ਤੁਹਾਨੂੰ ਦੂਜੀ ਵਾਰੀ ਗੱਲ ਦੱਸਦਾ। ਹੁਣ ਉਹੀ ਮੱਛੀ ਪਾਲਣ ਕਿਸੇ ਨੇ ਖੋਲਿਆ, ਲੋਨ ਕਿਸੇ ਨੂੰ ਮਾਫ਼ ਹੋਇਆ, ਅਤੇ ਉਹ ਜਿਹੜਾ ਕਹਿ ਲਓ 10 ਲੱਖ ਕਿਸੇ ਨੂੰ ਮਾਫ਼ ਹੋ ਗਿਆ। ਆਪਣੇ ਹੁਣ ਪਿੰਡ ਦਾ ਹੈਗਾ ਲਗਭਗ 13,000 ਪਿੰਡ, ਕਿੰਨਾ 13,000, ਅਤੇ 10,000 ਪਿੰਡ ਦੇ ਵਿੱਚ ਇੱਕ ਇੱਕ ਪਿੰਡ 'ਚ 10-10 ਮੱਛੀ ਪਾਲਣ, 10,000 ਪਿੰਡ ਦੇ ਵਿੱਚ ਵੀ 1-1 ਕਰੋੜ ਰੁਪਈਆ ਮਾਫ਼ ਹੋ ਗਿਆ, ਕਿੰਨਾ ਬਣਿਆ 10,000 ਕਰੋੜ ਰੁਪਈਆ। ਮੱਛੀਆਂ ਕਿਸੇ ਨੇ ਖਾਧੀਆਂ, ਵੇਚੀਆਂ ਕਿਸੇ ਨੇ, ਡਕਾਰ ਇਹਦੇ ਅੱਗੇ ਮਾਰਿਆ ਅਤੇ ਭਰਨਾ ਸਾਨੂੰ ਪੈਂਦਾ। ਖੰਡ ਮਹਿੰਗੀ ਹੋ ਗਈ, ਪੱਤੀ ਮਹਿੰਗੀ ਹੋ ਗਈ, ਅੱਗੋਂ ਛਿੰਦੇ ਦੀ ਬੀਬੀ ਕਹਿੰਦੀ ਛਿੰਦੇ ਦੇ ਭਾਪਾ 100 ਰੁਪਈਏ ਦੇ ਤਾਂ ਬਣੇ ਹੀ ਕੁਛ ਨਹੀਂ। ਉਹਨਾਂ ਦਾ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਸਾਰੀ ਉਮਰ ਕੰਮ ਕਰਦੇ ਨੂੰ ਹੋ ਗਿਆ, ਬਣਿਆ ਮੇਰਾ ਵੀ ਕੁਛ ਨਹੀਂ ਅਤੇ ਬਣਿਆ ਤੇਰੇ 100 ਰੁਪਈਏ ਦਾ ਵੀ ਕੁਛ ਨਹੀਂ, ਝੂਠ ਤਾਂ ਨਹੀਂ ਗੱਲ। ਜੇ ਤਾਂ ਮਜ਼ਾਕ 'ਚ ਲੈਣੀਆਂ
ਫਿਰ ਤਾਂ ਭਗਵੰਤ ਮਾਨ ਵੇਖ ਲਓ, ਜੇ ਗੱਲ ਕੰਨ 'ਚ ਪਾਉਣੀ ਆ ਫਿਰ ਕੰਮ ਆਊਗੀ। ਹੁਣ ਮੈਂ ਇਹ ਕਹਿੰਦਾ ਕਿ ਪੰਚਾਇਤੀ ਜ਼ਮੀਨਾਂ ਪਈਆਂ ਪਿੰਡ ਦੇ ਵਿੱਚ, ਅੱਗੇ ਆ ਪੰਚਾਇਤ ਮੈਂਬਰ ਵੀ ਖੜਾ ਸੀ ਮੇਰੇ ਕੋਲ, ਆ ਜਾ ਗਾਂ ਆ ਜਾ, ਤੈਨੂੰ ਸੰਗ ਆਉਂਦੀ, ਮੈਂ ਕਿਹੜਾ ਦੰਦੀ ਵੱਢਦਾ ਤੇਰੇ, ਗਾਂ ਆ ਜਾ, ਉਹ ਆ ਜਾ, ਇੱਥੇ ਤਾਂ ਸਾਰੇ ਖੜੇ, ਤੂੰ ਗਾਂ ਆ ਜਾ, ਉਹ ਨਹੀਂ ਲੈ ਕੇ ਜਾਂਦਾ ਤੈਨੂੰ, ਅਸੀਂ ਕਿਹੜਾ ਕਿਡਨੈਪ ਕਰਨਾ ਹੈ ਤੈਨੂੰ, ਹਾਂ ਇੱਥੇ ਆ। ਇਹ ਬੰਦਾ ਮੈਨੂੰ ਆਉਂਦਾ ਕਹਿੰਦਾ ਬਾਈ ਮੇਰੀ ਇੱਕ ਮਜਬੂਰੀ ਆ। ਮੈਂ ਕਿਹਾ ਕੀ? ਕਹਿੰਦਾ ਸਾਡਾ ਪੰਚਾਇਤ ਦਾ ਸੈਕਟਰੀ ਝੂਠ ਤਾਂ ਨਹੀਂ, ਨਰੇਗਾ ਦਾ ਸੈਕਟਰੀ ਮਿਸਤਰੀ ਬਣ ਕੇ ਉਹ ਕਹਿੰਦੇ ਆਪਣੀਆਂ ਦਿਹਾੜੀਆਂ ਪਾ ਲੈਂਦਾ। ਮੈਂ ਕਿਹਾ ਜਾਂ ਤਾਂ ਤੂੰ ਉਹਨਾਂ ਦੀ ਪਾਰਟੀ ਦਾ ਨਹੀਂ ਹੋਣਾ ਤੇ ਜਾਂ ਉਹਨਾਂ ਦੀ ਪਾਰਟੀ ਕੋਈ ਹੋਰ ਹੋਣੀ ਆ, ਇਹ ਕਹਿੰਦਾ ਗਲਤ ਐਵੀਂ ਆ। ਮੈਂ ਕਿਹਾ ਬਸ ਫਿਰ ਸਰਪੰਚ ਦੇ ਵੀ ਪੈਂਦੇ ਆ, ਇਹ ਕਹਿੰਦਾ ਸਰਪੰਚ ਦੇ ਵੀ, ਹੁਣ ਤੂੰ ਕਹੀ ਆ ਨਾ ਉਹਦੇ ਮੂੰਹ। ਮੈਂ ਕਹਿੰਦਾ ਮੈਂ ਕਿਹਾ ਐ ਕਰ ਲਾ ਝਾੜੂ ਲੈ ਲਾ, ਤੂੰ ਵੀ ਗੱਲ ਚ ਪਾ ਲਾ, ਕੰਮ ਤੇਰੇ ਵੀ ਹੋਣ ਲੱਗ ਜਾਣਗੇ। ਹੈ ਕੰਮ ਤੇ ਇਹੀ ਆ, ਇਹੀ ਹੋ ਸਕਦਾ, ਹੁਣ ਹੋਰ ਤਾਂ ਕੋਈ ਹੋ ਨਹੀਂ ਸਕਦਾ। ਖੁੱਡੀਆਂ ਵਾਲੇ ਦੀ ਤਾਂ ਨੀ ਕੁਛ ਬਣ ਦਿੰਦੇ ਕੋਈ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਖੁੱਡੀਆਂ ਵਾਲੇ ਦੀ ਸਪੋਰਟ ਤਾਂ ਹੋਣਾ। ਤਿੰਨਾਂ ਸਾਲਾਂ ਬਾਅਦ ਤਾਂ ਉਹਨੇ ਆਪ ਥੋਥੋ ਇੱਥੇ ਉਹ ਜਿਹੜੇ ਵੰਝ ਜੇ ਨਹੀਂ ਹੁੰਦੇ ਲੰਮੇ ਲੰਮੇ 20-20 ਫੁੱਟ ਦੇ ਥੋਥੋ ਲੈ ਕੇ ਜਾਣੇ, ਤੁਸੀਂ ਝੁੱਗੀਆਂ ਨਾ ਲਵਾਈਆਂ ਉਹਦੀਆਂ, ਮੈਂ ਬੈਠਾ ਇੱਥੇ, ਯਾਦ ਰੱਖ ਲਓ ਗੱਲ। ਹੁਣ ਗੱਲ ਕੀ ਆ, ਗੱਲ ਅਸਾਂ ਦੇ ਵਿੱਚ ਇਹ ਆ ਕਿ 13,000 ਪਿੰਡ ਮੱਛੀਆਂ ਕਿਸੇ ਨੇ ਵੇਚੀਆਂ, ਉਹੀ ਮੈਂ ਕਹਿੰਦਾ ਪੰਚਾਇਤੀ ਜ਼ਮੀਨਾਂ ਕਿਸੇ ਦੇ ਕੰਮ ਨਹੀਂ ਆਉਂਦੀਆਂ, ਨਾ ਕਿਸੇ 80 ਦੇ, ਨਾ ਕਿਸੇ 20 ਦੇ, ਨਾ ਕਿਸੇ ਜਰਨਲ ਦੇ। ਜੇਕਰ ਉਹੀ ਪੰਚਾਇਤੀ ਜ਼ਮੀਨਾਂ ਦਾ ਇਹ ਸਰਕਾਰ ਮਤਾ ਪਾਵੇ, ਝਾੜੂ ਵਾਲੇ ਪਾਉਣ, ਚਾਹੇ ਉਹ ਕੇਂਦਰ ਵਾਲੀ BJP ਪਾਵੇ ਤੇ ਮੱਛੀ ਪਾਲਣ ਸਰਕਾਰੀ ਕਰ ਦੇਣ, ਜਿਹਨੂੰ ਇਹਨਾਂ ਨੇ ਨੀਲੀ ਕ੍ਰਾਂਤੀ ਦਿੱਤੀ ਆ। ਗੱਲ ਗਲਤ ਤਾਂ ਨਹੀਂ ਕਰਦਾ, ਕੱਛਾਂ 'ਚ ਹੱਥ ਲੈ ਕੇ ਖੜਾ? ਨਹੀਂ ਨਹੀਂ ਠੀਕ ਆ। ਤੇ ਉਹੀ ਮੱਛੀ ਪਾਲਣ ਤੇ 1 ਕਿੱਲੇ, ਜੇ ਇੱਥੇ ਤੁਹਾਡੇ ਪਿੰਡ 'ਚ ਉਦਾਹਰਣ ਦੇ ਰਿਹਾ, ਮੰਨ ਲਓ 50 ਕਿੱਲੇ ਆ, 50 ਕਿੱਲੇ ਪੰਚਾਇਤੀ ਆ ਤੇ 1 ਕਿੱਲੇ ਤੇ 3 ਨੌਜਵਾਨ ਨੌਕਰੀ ਲੱਗਣਗੇ, ਕਿੰਨੇ 3, ਤੇ ਉਹ ਰਾਤ ਦੀ ਡਿਊਟੀ ਤੇ ਵੀ 6 ਹੋ ਗਏ, 10 ਦੇ ਕਿੰਨੇ 60 ਹੋ ਗਏ, ਹੁਣ 600 ਦਾ ਅੱਧ ਕਰ ਲਓ, 300 ਨੌਜਵਾਨ ਤੁਹਾਡੇ ਪਿੰਡ ਦਾ ਮੱਛੀ ਪਾਲਣ ਤੇ ਰੱਖਿਆ ਜਾ ਸਕਦਾ। ਇਹ ਆ ਪੜ੍ਹੇ ਲਿਖਿਆ ਵਾਸਤੇ, ਤੁਹਾਨੂੰ ਉਹ ਰੁਜ਼ਗਾਰ ਦੇਣਾ ਨਹੀਂ ਚਾਹੁੰਦੇ, ਜਾਣ ਬੁੱਝ ਕੇ ਉਝਾ ਰਹੇ ਆ। ਫਿਰ ਜਿਹੜੇ ਅਨਪੜ੍ਹ ਆ ਉਹਨਾਂ ਨੂੰ ਕਿਵੇਂ ਨੌਕਰੀ ਮਿਲ ਸਕਦੀ ਆ? ਉਸੇ ਤਰ੍ਹਾਂ ਕਹਿੰਦੇ ਡੈਰੀ ਫਾਰਮ ਹੁੰਦਾ, ਡੈਰੀ ਫਾਰਮ ਦੇ ਵੀ ਉਸੇ ਤਰ੍ਹਾਂ ਹੀ ਆ, ਲੋਨ ਕੋਈ ਚੱਕਦਾ, ਦੁੱਧ ਕੋਈ ਵੇਚਦਾ, ਦੁੱਧ ਦੇ ਪੈਸੇ ਕੋਈ ਲੈਂਦਾ ਤੇ ਡੈਰੀਆਂ ਦੇ ਜਿਹੜੇ ਸਬਸਿਡੀਆਂ ਉਹ ਕਿਸੇ ਨੂੰ ਮਿਲਦੀਆਂ, ਤੇ ਉਸੇ ਤਰ੍ਹਾਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਡੈਰੀ ਫਾਰਮ ਖੋਲ੍ਹ ਦੇਣ। ਮੈਂ ਗਰੰਟੀ ਦੇ ਨਾਲ ਕਹਿੰਦਾ, ਹੁਣ ਤੁਸੀਂ ਜਵਾਬ ਦੇਣਾ, ਪੱਠੇ ਵੱਢਣ ਵਾਸਤੇ ਕਿਹੜੀ LLB ਚਾਹੀਦੀ ਹੈ, ਮੱਝ ਨਹਾਉਣ ਵਾਸਤੇ ਕਿਹੜੀ ਜਿਹੜੀ ਕਹਿ ਲਓ MM ਚਾਹੀਦੀ ਹੈ, ਵੀ ਇਹਨੇ LLB ਕੀਤੀ ਆ, ਤੇ ਜਾਂ ਪਸ਼ੂਆਂ ਦਾ ਗੋਹਾ ਚੱਕਣ ਵਾਸਤੇ ਵੀ ਭਾਈ ਪਾਸੇ ਕਰ ਦਿਓ, ਪਸ਼ੂਆਂ ਦਾ ਗੋਹਾ ਚੱਕਣ ਵਾਸਤੇ ਕਿਹੜੀ BA ਚਾਹੀਦੀ ਆ, ਕਿਹੜੀ ਇਹ 'ਚ ਪੋਲੀਟੀਕਲ ਸਾਇੰਸ ਚਾਹੀਦੀ ਆ, ਦੱਸੋ। ਇੱਕ ਡੈਰੀ ਫਾਰਮ 'ਤੇ 5 ਬੰਦੇ ਦਿਨ ਦੇ, 5 ਰਾਤ ਦੇ, 10 ਬੰਦੇ ਨੌਕਰੀ ਲੱਗਦੇ ਆ, ਉਹ ਵੀ ਅਨਪੜ੍ਹੇ ਲਿਖੇ, ਜਿਹੜੇ ਨਹੀਂ ਪੜ੍ਹੇ ਲਿਖੇ, ਅਤੇ ਜਿਹੜੇ ਅੱਜ ਅਵਾਰਾ ਪਸ਼ੂਆਂ ਨਾਲ ਐਕਸੀਡੈਂਟ ਹੁੰਦੇ ਆ, ਉਹ ਅਵਾਰਾ ਪਸ਼ੂ ਵੀ ਜਿਹੜੇ ਕਹਿ ਲਓ ਡੈਰੀਆਂ ਦੇ ਵਿੱਚ ਸਾਂਭੇ ਜਾ ਸਕਦੇ ਆ। ਕਿਵੇਂ ਸਾਰੇ ਯਾਰ ਗੱਲ ਪਤਾ ਨਹੀਂ ਸੁਣ ਰਹੇ ਆ, ਜਾਂ ਮੈਨੂੰ ਭੁਲੇਖਾ ਜਿਹਾ ਪੈ ਰਿਹਾ ਕਿ ਗੱਲ ਮੈਂ ਕੋਈ ਗਲਤ ਤਾਂ ਨਹੀਂ ਕਰ ਰਿਹਾ? ਇਹ ਤੁਹਾਡੇ ਫਾਇਦੇ ਦੀ ਆ, ਤਾਂ ਤੁਹਾਨੂੰ ਚੰਗੀ ਨਹੀਂ ਲੱਗਦੀ। ਜੇ ਮੈਂ ਇੱਥੇ ਕਹਾਂ ਨਾ ਕਿ ਚੌਥਾ ਬਟਨ ਆਪਣਾ, ਬਸ ਇੱਕ ਵਾਰੀ ਮੋੜ ਲਓ, ਫਿਰ ਤੁਸੀਂ ਹੱਸ ਵੀ ਪੈਂਦੇ ਆ,
ਖੁਸ਼ ਵੀ ਹੋ ਜਾਂਦੇ ਆ, ਜਾਂ ਜੇ ਕਹਿਤਾ ਬਾਜੂ ਅੱਖਾਂ 'ਚ ਅੱਖਾਂ ਪਾ ਉਹ ਹੋ ਜਾਣਾ। ਹੁਣ ਕੇਜਰੀਵਾਲ ਚੱਕ ਲਿਆ ਇਹਨਾਂ ਨੇ, ਕੱਟ ਕੇ ਦੁਬਾਰਾ ਬਣਾ ਲਿਆ।